HTC ਦਾ ਟ੍ਰਿਮਰ 240 ਰੁਪਏ, ਠੀਕ ਹੈ ਜੀ, ਦੇਖੋ ਹੈ ਨਾ, ਸਾਰੀ ਬੀਨ ਮਿਕਸ ਹੈ ਹੈ ਨਾ। ਪਾਊਚ ਕਿੰਨੇ ਦਾ ਪੈਣਾ ਤੁਹਾਨੂੰ? 36 ਰੁਪਏ ਦਾ ਪਾਊਚ ਹੈ ਤੁਹਾਨੂੰ, 36 ਰੁਪੀਜ਼ ਓਨਲੀ, ਹੈ ਨਾ। ਹੈਲੋ, ਇਹ D10 ਹੈ ਜੀ, ਬਾਜ਼ਾਰੋਂ ਤੁਸੀਂ 500 ਰੁਪਏ ਦਾ ਲੈਂਦੇ ਹੋ, ਘੱਟੋ ਘੱਟ 500 ਰੁਪਏ, ਕਿੰਨੇ ਦਾ ਲੱਗੇਗਾ ਤੁਹਾਨੂੰ? 200 ਓਨਲੀ D10 ਹੈ। ਤੁਸੀਂ ਮਾਰਕੀਟ 'ਚ ਜਾਂ ਪਾਰਲਰ ਸਲੂਨ D10 ਕਰਾਉਣ ਜਾਂਦੇ ਹੋ ਨਾ, ਅਗਰ 250 ਰੁਪਇਆ ਲੈ ਲੈਂਦਾ, 20 ਵਾਰੀ D10 ਲਾਉਂਗੇ ਨਾ, ਖਤਮ ਨਹੀਂ ਹੋਏਗਾ, ਓਨਲੀ 200। ਐਨਜੀਓ ਸਪਰੇਅ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਚਾਹੀਦੀ ਹੈ। ਹੁਣ ਤੁਸੀਂ 150 ਰੁਪਏ ਦਾ ਪੀਸ ਲੈਂਦੇ ਹੋ, ਔਰ ਤੁਹਾਨੂੰ ਕਿੰਨੇ ਦਾ ਦੇਵਾਂਗਾ? 60 ਰੁਪਏ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਖੜ੍ਹੇ ਫੀਲਡਗੰਜ ਸਾਗਰਵਾਈ ਕੋਲ, ਹੋਰ ਨਵਾਂ ਕੋਸਮੈਟਿਕ ਦਾ ਸਮਾਨ ਆਇਆ, ਬਹੁਤ ਸਸਤੇ ਰੇਟਾਂ 'ਤੇ ਕੰਪਨੀ ਦਾ ਸਮਾਨ ਹੋਊ। ਤੁਹਾਡੇ ਕੰਮ ਦੀ ਵੀਡੀਓ ਆ, ਵੀਡੀਓ ਬਣੇ ਰਹੋ, ਆ ਜਾਓ ਜੀ। ਹੁਣ ਇਹ ਦੇਖੋ, ਉੱਦਾਂ ਹੀ ਇਹ ਡੈਨਵਰ ਦਾ ਪਾਊਡਰ ਆ, ਪਾਊਡਰ ਉੱਪਰ ਲੱਗੇ ਹੋਏ ਆ, ਛੋਟਾ ਵੱਡਾ ਹੈ ਨਾ, ਪਾਊਡਰ ਲੱਗੇ ਆ ਸਾਰੇ, ਥਰੈਡ ਵਗੈਰਾ ਲੱਗਾ ਹੈ ਨਾ। ਅਤੇ ਪਾਊਡਰ ਕਿੰਨੇ ਦਾ ਪੈਣਾ? 1 buy 1 get 1 ਹੈ ਨਾ, ਇੱਕ ਦੇ ਨਾਲ ਇੱਕ ਫ੍ਰੀ। 99 MRP ਹੈ, 90 ਰੁਪਏ ਦੇ 2 ਪੀਸ ਹੈ ਜੀ, 45 ਰੁਪਏ ਦਾ ਪੀਸ ਪੈ ਗਿਆ ਤੁਸੀਂ ਤੁਹਾਨੂੰ। ਔਰ ਤੁਸੀਂ ਇੱਕ ਪੀਸ 100 ਰੁਪਏ ਦਾ ਸੇਲ ਕਰਨਾ, ਮੈਡੀਕਲ 'ਤੇ ਜਾਓਗੇ ਨਾ, ਇਹ ਸਾਰੀਆਂ ਮੈਡੀਕੇਟਡ ਚੀਜ਼ਾਂ ਆ, ਤੁਸੀਂ ਮੈਡੀਕਲ ਸਟੋਰ 'ਤੇ ਜਾਓਗੇ, ਉਹਨਾਂ ਨੇ ਤੁਹਾਨੂੰ ਪ੍ਰਿੰਟ ਟੂ ਪ੍ਰਿੰਟ ਸੌਦਾ ਦੇਣਾ। ਔਰ ਇਹ ਤੁਹਾਨੂੰ ਕਿੰਨੇ ਦਾ ਪਿਆ? 45 ਰੁਪਏ ਦਾ, 90 ਰੁਪਏ ਦੇ 2 ਪੀਸ। ਇਹ ਦੇਖੋ, ਆ ਜਾਓ ਅੱਗੇ, ਮੈਂ ਤੁਹਾਨੂੰ ਟਾਈਮ ਵੀ ਦੱਸਦਾ ਵੀ ਟਾਈਮ ਕਿੰਨਾ ਹੋ ਗਿਆ ਹੈ ਨਾ। ਤੁਹਾਨੂੰ ਟਾਈਮ ਵੀ ਦੱਸਦਾ ਕਿੰਨਾ ਹੋ ਗਿਆ, ਔਰ ਕਿਹੜੇ ਟਾਈਮ ਅਸੀਂ ਤੁਹਾਡੇ ਨਾਲ ਲਾਈਵ ਹੋਏ ਹਾਂ, ਕਿਹੜੇ ਟਾਈਮ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਟਾਈਮ ਵੀ ਦਿਖਾਉਣਾ ਤੁਹਾਨੂੰ। ਰਾਤ ਦੇ 1 ਵੱਜ ਗਿਆ, ਔਰ ਆਪਾਂ ਤੁਹਾਡੇ ਲਈ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਤੁਹਾਨੂੰ, ਔਰ ਰੇਟ ਦੇ ਰਹੇ ਹਾਂ, ਕਿਉਂਕਿ ਦਿਨੇ ਸਾਡੇ ਕੋਲ ਟਾਈਮ ਨਹੀਂ ਹੁੰਦਾ, ਦਿਨੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਆਸ਼ੀਰਵਾਦ ਨਾਲ ਰਸ਼ ਬਹੁਤ ਹੁੰਦਾ। ਇਹ ਦੇਖੋ, ਇਹ ਕੋਲਗੇਟ ਦਾ ਪੱਤਾ, ਤੁਸੀਂ ਮੈਡੀਕਲ 'ਤੇ ਜਾਂਦੇ ਹੋ, ਮੈਡੀਕਲ 'ਤੇ ਜਾਂਦੇ ਹੋ, 20 ਰੁਪਏ ਦਾ ਤੁਹਾਨੂੰ ਪੀਸ ਮਿਲਦਾ ਹੈ ਨਾ, 20 ਰੁਪਏ ਦਾ ਤੁਹਾਨੂੰ ਪੀਸ ਮਿਲਦਾ ਮੈਡੀਕਲ ਤੋਂ। ਔਰ ਇਹ ਨਾ ਤੁਹਾਨੂੰ 10 ਰੁਪਏ ਤੋਂ ਵੀ ਸਸਤਾ ਪੈਂਦਾ, ਤੁਹਾਨੂੰ 115 ਰੁਪਏ ਦਾ ਪੂਰਾ ਪੱਤਾ ਆਇਆ, 13 ਪੀਸ ਦਾ, 13 ਪੀਸ ਦਾ ਤੁਹਾਨੂੰ ਪੱਤਾ 110 ਰੁਪਏ ਦਾ। ਦੱਸੋ ਹੈ ਗੱਲਬਾਤ ਹੈ ਨਾ, ਤੁਹਾਨੂੰ 8 ਰੁਪਏ ਤੋਂ ਵੀ ਸਸਤਾ ਪੈ ਗਿਆ। ਇਹ ਦੇਖੋ, ਇਹ ਐਨਜੀਓ ਸਪਰੇ ਹੈ ਨਾ, ਐਨਜੀਓ ਸਪਰੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਚਾਹੀਦੀ ਹੈ, ਸਲੂਨ 'ਤੇ ਵੀ ਚਾਹੀਦੀ ਹੈ, ਪਾਰਲਰ 'ਤੇ ਵੀ ਚਾਹੀਦੀ ਹੈ, ਹਰੇਕ ਘਰ ਚਾਹੀਦੀ ਹੈ ਨਾ। ਔਰ ਤੁਸੀਂ 150 ਰੁਪਏ ਦਾ ਪੀਸ ਲੈਂਦੇ ਹੋ, ਔਰ ਤੁਹਾਨੂੰ ਕਿੰਨੇ ਦਾ ਦੇਵਾਂਗਾ? 60 ਰੁਪਏ ਦਾ। ਬੰਦ ਬੰਦ ਗੱਤਿਆਂ ਦਾ ਰੇਟ ਹੈ, ਖੁੱਲ੍ਹੇ ਪੀਸ ਦਾ ਰੇਟ ਨਹੀਂ ਹੈਗਾ, 60 ਰੁਪਏ ਦਾ ਬੰਦ ਗੱਤਾ ਮਿਲੇਗਾ ਤੁਹਾਨੂੰ, 60 ਰੁਪਏ ਪੀਸ ਨੂੰ ਬੰਦ ਗੱਤਾ।